ਤੇ ਇੱਜ਼ਤ ਨਹੀਂ ਕਮਾਉਂਦੇ। ਦੂਸਰੀ ਤਰਫ ਪਾਕਿਸਤਾਨ ਦੇ ਆਈ ਐਸ ਪੀ ਆਰ ਦੇ ਮੇਜਰ ਜਨਰਲ ਆਸਿਫ ਗਫੂਰ ਸਾਹਿਬ ਨੇ ਰਿਟਾਲੀਏਟ ਕੀਤਾ ਤੇ ਉਹਨਾਂ ਨੇ ਉਹੀ ਦੱਸਿਆ ਕਿ ਬਾਈ ਤੁਸੀਂ ਪਹਿਲੇ ਵੀ ਫਰਵਰੀ ਦੇ ਅੰਦਰ ਇੱਕ ਯਾਨੀ ਐਡਵੈਂਚਰ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਉਹ ਐਡਵੈਂਚਰ ਤੁਹਾਨੂੰ ਮਹਿੰਗਾ ਪਿਆ ਸੀ। ਲੇਕਿਨ ਮੈਂ ਸਮਝਦਾ ਕਿ ਮੇਜਰ ਜਨਰਲ ਆਸਿਫ ਗਫੂਰ ਦੇ ਬਜਾਏ ਅਗਰ ਪਾਕਿਸਤਾਨ ਦੀ ਜਿਹੜੀ ਡੈਮੋਕ੍ਰੈਟਿਕ ਗਵਰਨਮੈਂਟ ਹੈ ਪੀ ਟੀ ਆਈ ਦੀ ਜਿਹਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਆ, ਅਗਰ ਉਹਨਾਂ ਦਾ ਇੰਟੀਰੀਅਰ ਮਿਨਿਸਟਰ ਇਹ ਅਗਰ ਸਟੇਟਮੈਂਟ ਦੇ ਤੇ ਮੈਂ ਸਮਝਦਾ ਉਸ ਤੋਂ ਮੈਸੇਜ ਅੱਛਾ ਜਾਏਗਾ, ਨਹੀਂ ਤੇ ਉਹ ਮੈਸੇਜ ਇਹ ਜਾਂਦਾ ਹੈ ਕਿ ਪਾਕਿਸਤਾਨ ਦੀ ਜਿਹੜੀ ਗੌਰਮੈਂਟ ਹੈ ਜਿਹੜੀ ਇਲੈਕਟ ਹੋ ਕੇ ਆਈ ਹੈ ਆਵਾਮ ਦੇ ਵੋਟਾਂ ਤੋਂ, ਉਹਨਾਂ ਕੋਲ ਕੋਈ ਇਖਤਿਆਰ ਨਹੀਂ ਤੇ। ਲੇਕਿਨ ਇਸ ਕਿਸਮ ਦੀ ਬਿਆਨਬਾਜ਼ੀ ਖਾਸ ਤੌਰ ਤੇ ਅਮਿਤ ਸ਼ਾਹ ਜਾਂ ਕੋਈ ਦਿੰਦਾ ਹੈ ਤੇ ਉਸ ਤੋਂ ਉਹ ਕਿਸੇ ਦਾ ਨੁਕਸਾਨ ਨਹੀਂ ਕਰ ਰਹੇ, ਉਹ ਇੰਡੀਅਨ ਜਿਹੜੀ ਕ੍ਰਿਕਟ ਟੀਮ ਹੈ ਉਹਨੂੰ ਡੀਮੋਰਲਾਈਜ਼ ਕਰ ਰਹੇ ਤੇ ਉਹਨਾਂ ਦਾ ਬਿਆਨ ਦੁਨੀਆ ਭਰ ਦੇ। ਮੈਂ ਦੇਖਿਆ ਕ੍ਰਿਕਟ ਦੇ ਜਿਹੜੇ ਸੀਨੀਅਰ ਖਿਲਾੜੀ ਕਦੀ ਹੁੰਦੇ ਸੀ ਤੇ ਹੁਣ ਜਿਹੜੇ ਉਹ ਐਂਕਰ ਬਣੇ ਆ ਜਾਂ ਦਾਨਿਸ਼ਵਰ ਆ ਕ੍ਰਿਕਟ ਐਨਾਲਿਸਟ, ਉਹਨਾਂ ਨੇ ਵੀ ਉਹਦੀ ਯਾਨੀ ਨਾ ਕੋਈ ਪਸੰਦਗੀ ਦਾ ਇਜ਼ਹਾਰ ਨਹੀਂ ਕੀਤਾ। ਤੇ ਮੈਂ ਸਮਝਦਾ ਕਿ ਅਮਿਤ ਸ਼ਾਹ ਜਾਂ ਬੀਜੇਪੀ ਸਰਕਾਰ ਨੂੰ ਯਾਨੀ ਖੇਲ ਦੇ ਅੰਦਰ ਰਾਜਨੀਤੀ ਨਹੀਂ ਲਿਆਉਣੀ ਚਾਹੀਦੀ। ਜੀ ਡਾਕਟਰ ਸਾਹਿਬ, ਤੁਹਾਡਾ ਕੀ ਟੇਕ ਹੈ ਇਹਦੇ ਤੇ, ਕੀ ਸਮਝਦੇ ਹੋ ਕਿ ਜਿਸ ਲੈਵਲ ਤੇ ਆ ਕੇ ਬਿਆਨਬਾਜ਼ੀ ਹੁਣ ਹੋ ਗਈ ਹੈ, ਜਿਵੇਂ ਮਲਿਕ ਸਾਹਿਬ ਨੇ ਦੱਸਿਆ ਵੀ ਖੇਡ ਹੋ ਗਈ, ਮਤਲਬ ਖੇਡ ਦਾ ਇੱਕ ਆਪਣਾ ਰੁਤਬਾ ਹੁੰਦਾ, ਉਹਦੇ ਵਿੱਚ ਇੱਕ ਟੀਮ ਸਪਿਰਿਟ ਵੀ ਹੁੰਦੀ ਹੈ, ਸਪੋਰਟਸਮੈਨ ਸਪਿਰਿਟ ਵੀ ਹੁੰਦੀ ਹੈ, ਤੇ ਇਹਦੇ ਵਿੱਚ ਮਤਲਬ ਇਸ ਲੈਵਲ ਤੇ ਆ ਕੇ ਜਿਹੜੀ ਪੋਲਿਟਿਕਸ ਦੀ ਬਿਆਨਬਾਜ਼ੀ ਹੈ, ਮਤਲਬ ਮੈਂ ਨੀਵੇਂ ਪੱਧਰ ਦੀ ਕਹੂੰਗਾ, ਕੀ ਸਮਝਦੇ ਹੋ ਇਸ ਬਾਰੇ? ਦੇਖੋ, ਮਲਿਕ ਸਾਹਿਬ ਨੇ ਬੜੀ ਪਤੇ ਦੀ ਗੱਲ ਕੀਤੀ ਹੈ। ਅਮਰੀਕਾ 'ਚ ਜਿਸ ਜ਼ਮਾਨੇ 'ਚ ਸਲੇਵਰੀ ਸੀ ਉਦੋਂ ਵੀ ਦੋ ਸ਼ੋਭੇ, ਦੋ ਫੀਲਡ ਐਸੇ ਸੀ ਜਿਹਦੇ 'ਚ ਗੋਰਾ ਵਾਈਟ ਗੋਰਾ ਨਹੀਂ ਸੀ ਰਹਿੰਦਾ, ਉਹ ਫੀਲਡ ਸੀ ਸਪੋਰਟਸ ਔਰ ਮਿਊਜ਼ਿਕ। ਅੱਜ ਵੀ ਜਦੋਂ ਅਸੀਂ ਅਫਰੀਕਨ ਅਮੈਰੀਕਨਜ਼ ਨੂੰ ਦੇਖਦੇ ਹਾਂ